ਥਾਣਾ ਖਰੜਾ ਅਧੀਨ ਹੁੰਦੇ ਪਿੰਡ ਰਾਜੋਕੇ ਵਿਖੇ 21 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕਤਲ ਕੀਤੇ ਗਏ ਨੌਜਵਾਨ ਮਿੱਠਣ ਪੁੱਤਰ ਸਤਨਾਮ ਸਿੰਘ ਕੌਮ ਨਾਈ ਵਾਸੀ ਕਸਬਾ ਰਾਜੋਕੇ ਦਾ ਰਹਿਣ ਵਾਲਾ ਸੀ, ਜਿਸ ਦੀ ਸਾਲ 2016 ਵਿੱਚ ਇੱਕ ਵਿਆਹ ਦੇ ਸਮਾਗਮ ਵਿੱਚ ਸੁੱਖਾ ਸਿੰਘ ਅਤੇ ਉਸਦੀ ਪਤਨੀ ਬਲਵਿੰਦਰ ਕੌਰ ਨਾਲ ਝਗੜਾ ਹੋਇਆ ਸੀ, ਜਿਸ ਦੇ ਚਲਦੇ ਪੁਰਾਣੀ ਰੰਜਿਤ ਤਹਿਤ ਇਸ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਭਾਜੀ ਗੱਲ ਕੋਈ ਨਹੀਂ ਹੋਈ, ਝਗੜਾ ਮਾੜਾ ਮੋਟਾ ਪਹਿਲਾਂ ਵੀ ਹੋਇਆ ਸੀ, ਇਹਨਾਂ ਪਹਿਲਾਂ ਵੀ ਕੋਈ ਮੁੰਡੇ ਬੋਲਦੇ ਕੋਈ ਝਗੜਾ ਨਹੀਂ ਹੋਇਆ, ਇਹਨਾਂ ਘਰੇ ਖੜ ਕੇ ਬੜਾ ਕੁੱਟਿਆ ਮਾਰਿਆ। ਉਸ ਤੋਂ ਬਾਅਦ ਸਾਡੇ ਘਰ ਆਣ ਕੇ ਪੈ ਰਹਾ, ਵਿੱਚੇ ਜਨਾਨੀਆਂ ਨੂੰ ਕੁੱਟ ਮਾਰ ਕਰਕੇ ਵਿੱਚੇ ਨਿਕ ਨਿਕੇ ਸਾਡੀ ਗੁੱਡੀ ਦੇ ਨਿਆਣੇ ਆਏ, ਉਹਨਾਂ ਨੂੰ ਵਿੱਚੇ ਹੀ ਰੋਟੀ ਦਾ ਸਿਰ ਮੂੰਹ ਪਾੜਿਆ, ਵਿੱਚੇ ਮੁੰਡੇ ਦਾ ਪਾੜਿਆ ਜਿਹਨੂੰ ਅੱਜ ਨਾ ਮਾਰਤਾ। ਤੇ ਕੁਮਾਰ ਜੀ, ਇੱਕ ਨਾਂ ਸੁਖਵਿੰਦਰ, ਇੱਕ ਨਾਂ ਮਨਜਿੰਦਰ, ਇੱਕ ਨਾਂ ਮਨਜਿੰਦਰ, ਹਾਂਜੀ, ਇੱਕ ਨਾਂ ਬਲਜਿੰਦਰ, ਬਲਜਿੰਦਰ, ਬਲਜਿੰਦਰ। ਮੈਂ ਮਿੱਠਣ ਦਾ ਭਰਾ ਵਾਂ, ਗੱਲ ਸਾਰੀ ਕੋਈ ਨਹੀਂ ਹੋਈ ਵੀ, ਇਹ ਰਾਤ ਤੋਂ ਬਾਜ਼ਾਰ ਵਿੱਚ ਤੁਰਿਆ ਹੁੰਦਾ, ਇਹਦੇ ਨੂੰ ਕਿਸੇ ਦਿਨ ਘਿਰ ਕਿਤੇ ਪੈ ਗਏ ਸਾਰੀ, ਕੱਲ੍ਹ ਲੜਾਈ ਦੇ ਵਿੱਚ ਜਿਹਦੀ ਮਤਲਬ ਕੱਲ੍ਹ ਮੌਤ ਹੋ ਗਈ, ਅਤੇ ਸਾਨੂੰ ਸਾਫ਼ ਮਿਲਣਾ ਚਾਹੀਦਾ, ਬੰਦੇ ਦਾ ਪਰਚਾ ਹੋਣਾ ਚਾਹੀਦਾ ਜੀ। ਮੇਰਾ ਬੇਟਾ ਤੁਰਿਆ ਦਾ ਸੀ, ਮੈਂ ਭੋਲ ਹੀ ਮੱਥਾ ਟੇਕ ਕੇ ਆਇਆ ਗੁਰਦੁਆਰਿਓਂ, ਇਹ ਜੀ ਪੰਜ ਬੰਦੇ ਖਲੋਤੇ ਕਿਰਪਾਨਾਂ ਟੱਬੀ ਲੈ ਕੇ ਦਫ਼ਤਰ, ਇਹਨਾਂ ਨੂੰ ਕੋਈ ਪਤਾ ਨਹੀਂ, ਇਹਨੂੰ ਕੋਈ ਪਤਾ ਨਹੀਂ ਕਰ ਜਨਾਨੀ ਨਾਲ ਉਹਨਾਂ ਦੀ, ਇਹਨੇ ਜਦੋਂ ਲੰਘਿਆ ਗਾੜੀ ਲਗਾ ਦਾ ਮਾਰਿਆ ਨੇ, ਉਸੇ ਵੇਲੇ ਕਿਰਪਾਨਾਂ ਦਾਤਰ ਮਾਰ ਲਿਆ, ਤੇ ਗਾਹਾਂ ਤੋੜਤੀਆਂ ਮਾਰ ਮਾਰ ਸੋਟੇ, ਅਤੇ ਇੰਨਾ ਬੁਰਾ ਹਾਲ ਕਰ ਮਰਨਾਊ ਕਰਕੇ ਸੁੱਟ ਤਾ ਮੇਰੇ ਬੱਚੇ ਨੂੰ। ਹਾਂਜੀ, ਇਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ, ਇਹਦਾ ਅਸੀਂ ਕਹਿੰਦੇ ਹਾਂ ਜੀ, ਸਾਨੂੰ ਇਨਸਾਫ ਹੋਣਾ ਚਾਹੀਦਾ ਸਾਡਾ ਜੀ, ਇਹਨਾਂ ਬੰਦਿਆਂ 'ਤੇ ਪਰਚਾ ਹੋਣਾ ਚਾਹੀਦਾ ਜੀ। ਹਾਂਜੀ, ਮਾਮੇ ਜੀ ਦਾ ਲੜਕਾ, ਇਹਨੇ ਡੈਥ ਹੋਈ, ਇਹਨਾਂ ਦੇ ਨਾਲ ਪੰਜ ਬੰਦੇ ਗੱਲ ਪੈ ਗਏ ਆ, ਇਹਨਾਂ ਪੰਜ ਬੰਦੇ ਗੱਲ ਪੈ ਗਏ, ਇਹਨਾਂ ਦਾਤਰ ਮਾਰੇ ਆ, ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ।